ਮੈਂ ਕਹਿੰਦੀ ਹਾਂ ਕਿ ਪ੍ਰੇਮ ਸਭ ਤੋਂ ਵੱਡੀ ਚੀਜ਼ ਹੈ। ਹਾਂ ਇਹ ਤੇ ਗੱਲ ਠੀਕ ਹੈ। ਅਗਰ ਦੁਰਯੋਧਨ ਔਰ ਕੌਰਵਾਂ ਦੇ ਮਤਲਬ ਪਾਂਡਵਾਂ ਔਰ ਕੌਰਵਾਂ ਦੇ ਵਿੱਚ ਅਗਰ ਪ੍ਰੇਮ ਹੁੰਦਾ ਤਾਂ ਮਹਾਭਾਰਤ ਨਹੀਂ ਹੁੰਦੀ। ਔਰ ਅਗਰ ਰਾਵਣ ਨੂੰ ਭਗਵਾਨ ਰਾਮ ਦੇ ਨਾਲ ਪ੍ਰੇਮ ਹੁੰਦਾ ਤਾਂ ਰਮਾਇਣ ਨਹੀਂ ਬਣਦੀ। ਔਰ ਅੱਜ ਵੀ ਦੁਨੀਆ ਦੇ ਵਿੱਚ ਜਿੰਨੇ ਵੈਰ ਵਿਰੋਧ ਨੇ ਉਹ ਸਭ ਖਤਮ ਹੋ ਸਕਦੇ ਨੇ ਅਗਰ ਹਿਰਦੇ ਦੇ ਵਿੱਚ ਪ੍ਰੇਮ ਹੋਵੇ। ਬਿਲਕੁਲ ਬਸ ਬਿਲਕੁਲ ਇੰਨੀ ਹੀ ਮੇਰੀ ਸਾਰਿਆਂ ਬਿਲਕੁਲ ਦੇ ਨਾਲ ਵਿਚਾਰ ਹੈ ਕਿ ਮੈਂ ਇਸ ਚੀਜ਼ ਹਾਂ ਨੂੰ, ਭਗਤੀ ਮੇਰੇ ਤੋਂ ਨਹੀਂ ਹੁੰਦੀ, ਸਿਮਰਨ ਮੇਰੇ ਤੋਂ ਨਹੀਂ ਹੁੰਦਾ, ਸੇਵਾ ਨਹੀ�ं ਹੁੰਦੀ, ਪੂਜਾ ਨਹੀਂ ਹੁੰਦੀ, ਬਸ ਮੇਰਾ ਪ੍ਰੇਮ ਦਾ ਰਸਤਾ ਹੈ। ਔਰ ਮੈਂ ਚਾਹਨੀ ਹੈ ਕਿ ਦੁਨੀਆ ਵੀ ਸਾਰੀ ਇਸ ਰਸਤੇ ਤੇ ਚੱਲੇ, ਇਹ ਸਭ ਤੋਂ ਉੱਚਾ ਰਸਤਾ ਲੱਗਦਾ ਹੈ। ਬੋਲ ਸਾਚੇ ਇਹਦੇ ਦਰਬਾਰ ਸਾਹਿਬ। ਇਹ ਤਾਂ ਤੁਸੀਂ ਊਸ਼ਾ ਭੂਆ ਜੀ ਵੀ ਭਗਤ ਨਹੀਂ ਬਈ, ਇੰਨੇ ਵੱਡੇ ਭਗਤ ਹੈ ਤੇ ਬਾਪੂ ਜੀ ਦੇ ਇੰਨੇ ਪ੍ਰੇਮੀ, ਤੇ ਇਹ ਵੱਡੇ ਵੱਡੇ ਭਗਤਾਂ ਕਹਿ ਕੇ 2.5 ਅਕਸ਼ਰ ਪ੍ਰੇਮ ਕੇ ਪੜੇ ਸੋ ਪੰਡਿਤ ਹੋਏ, ਤੁਹਾਨੂੰ ਪਤਾ ਹੀ ਹੈ। ਉਹ ਫਿਰ ਤੁਹਾਨੂੰ ਇਹ ਕਹਿ ਗਏ ਨੇ ਕਿ ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਭੂ ਪਾਇਓ। ਇਹ ਪ੍ਰਭੂ ਜਿਨ੍ਹਾਂ ਨੇ ਵੀ ਪ੍ਰੇਮ ਹੈ ਹੀ, ਪ੍ਰੇਮ ਤੋਂ ਉੱਚਾ, ਪ੍ਰੇਮ ਤੋਂ ਉੱਚੇ ਸਬਸੇ ਉੱਚੀ ਪ੍ਰੇਮ ਸਗਾਈ, ਇਹ ਤਾਂ ਮਤਲਬ ਕੋਈ ਹੈ ਹੀ ਨਹੀਂ, ਇਹਦੇ ਰੌਲਾ ਹੀ ਨਹੀਂ ਹੈ। ਪ੍ਰੇਮ ਦੇ ਨਾਲ ਹੀ ਮੀਰਾ ਨੇ ਕਦੇ ਤੁਸੀਂ ਵੇਖਿਆ ਵੀ ਐ ਬੈਠੀ ਸਾਧਨਾ ਦੇ ਵਿੱਚ ਐ ਬੈਠੀ ਪਾਠ ਕਰ ਰਹੀ ਆ, ਬੜਾ ਲਿਵ ਲਾਈ ਹੋਈ ਨਾ ਨਾ, ਪ੍ਰੇਮ ਪ੍ਰੇਮ ਦੇ ਨਾਲ ਜੋ ਬਸ ਉਹ ਗਾਇਆ, ਪ੍ਰੇਮ ਦੇ ਵਿੱਚ ਸਾਰਿਆਂ ਨੇ, ਬੜੀ ਦੁਨੀਆ ਨੇ ਪ੍ਰੇਮ ਨਾਲ ਹੀ ਪਾ ਰਿਹਾ। ਸਾਡੀ ਮਾਤਾ ਨੇ ਵੀ ਕੋਈ ਉਹ ਨਹੀਂ ਕੀਤਾ, ਬੜੇ ਪਿਤਾ ਹੀ ਬਹੁਤ ਪਾਠ ਕਰਦੇ, ਤਪ ਵੀ ਕਰਦੇ ਸੀ, ਪਿਤਾ ਹੀ ਬਾਣੀ ਵੀ ਬੜੇ ਪੜ੍ਹਦੇ ਸੀ। ਉਹ ਮਾਤਾ ਜੀ ਨੇ ਦੂਸਰੇ ਪਾਸੇ ਪ੍ਰੇਮ ਕਰਕੇ ਬਸ ਜਦੋਂ ਗੱਲ ਕਰੀ ਬਾਪੂ ਜੀ ਦੇ ਅੱਖਾਂ 'ਚ ਪਾਣੀ ਦੇ, ਬੜਾ ਬੜਾ ਪ੍ਰੇਮ ਕੀਤਾ ਮਨ ਤੋਂ। ਉਹ ਮਤਲਬ ਇਹ ਸਾਰਿਆਂ ਦੇ ਆਪਦਾ, ਇਹ ਬੜੇ ਰਸਤੇ ਹੈਗੇ ਨੇ, ਕੋਈ ਭਗਤੀ ਦਾ, ਕੋਈ ਤਪ ਦਾ ਰਸਤਾ, ਕੋਈ ਪ੍ਰੇਮ ਦਾ ਰਸਤਾ ਹੈ, ਲੇਕਿਨ ਪ੍ਰੇਮ ਦੇ ਰਸਤੇ ਮਜ਼ਾ ਬੜਾ ਹੈ, ਪ੍ਰੇਮ ਦੇ ਰਸਤੇ ਮੈਂ ਚ ਇੱਕ ਵਾਰੀ ਮਾਤਾ ਆਨੰਦ ਰਾਮ ਬੜਾ। ਜੀ ਤੋਂ ਪੁੱਛਿਆ ਸੀ। ਮੈਂ ਕਿਹਾ ਮਾਤਾ ਜੀ ਮੇਰੇ ਕੋਲੋਂ ਜਿਹੜੇ 9 ਤਰੀਕੇ ਦੱਸੇ ਨਾਮ ਦਾ ਹਾਂ ਭਗਤੀ, ਤੇ ਹਾਂ ਮੇਰੇ ਨਵ ਕੋਲੋਂ ਤਾਂ ਨਵਦਾ ਕੋਈ ਉਹ ਭਗਤੀ, ਤਰੀਕਾ ਮੇਰੇ ਕੋਲ ਨਹੀਂ ਹੁੰਦਾ। ਉਹ ਕਹਿੰਦੇ ਨਵਦਾ ਭਗਤੀ ਚ ਇਹ ਜਿਹੜਾ ਭਜਨ ਬੋਲਣਾ, ਗੀਤ ਪ੍ਰੇਮ ਬੋਲਣਾ, ਈਸ਼ਵਰ ਨਾਲ ਪ੍ਰੇਮ ਕਰਨਾ, ਕਹਿੰਦੇ ਮੀਰਾ ਨੇ ਤਾਂ ਨੱਚ ਨੱਚ ਕੇ ਹੀ ਪਾ ਲਿਆ ਪ੍ਰਭੂ ਦੇ ਪ੍ਰੇਮ ਵਿੱਚ, ਤੇ ਇਹ ਤੁਹਾਡਾ ਜਿਹੜਾ ਰਸਤਾ ਹੈ ਇਹ ਕੋਈ ਕਮਜ਼ੋਰ ਨਹੀਂ ਹੈਗਾ, ਇਹ ਬਿਲਕੁਲ ਪਰਫੈਕਟ ਤਰੀਕਾ ਹੈਗਾ। ਉਸ ਤੋਂ ਬਾਅਦ ਬਸ ਬਿਲਕੁਲ ਮਨ ਸ਼ਾਂਤ ਹੋ। ਸ਼ਾਂਤ ਹੋ ਗਏ। ਤੇ ਸੰਤਾਂ ਨੂੰ ਮਿਲਣ ਨਾਲ ਤਾਂ ਸਾਰੀ ਸੋਝੀ ਆਉਂਦੀ ਜੀਵਨ ਦੇ ਵਿੱਚ। ਸਾਨੂੰ ਮੈਨੂੰ ਵੀ ਲੱਗਦਾ ਕਈ ਵਾਰੀ, ਮੈਂ ਵੀ ਬਾਪੂ ਜੀ ਨੂੰ ਕਿਹਾ ਸੀ ਇੱਕ ਵਾਰੀ, ਮਹਾਰਾਜ ਜੀ ਹਰਭਗਵਾਨ ਜੀ ਨੂੰ, ਮਹਾਰਾਜ ਜੀ ਮੈਂ ਕਿਹਾ ਵੀ ਮਹਾਰਾਜ ਜੀ ਵੀ ਮੈਂ ਤਾਂ ਇਸ ਕਰਕੇ ਮੈਂ ਬੜਾ ਲਾਲਚੀ ਹਾਂ ਵੀ ਮੈਂ ਸਾਰੀ ਸਟੋਰੀ ਸੁਣਾਈ ਵੀ ਮੇਰੇ ਨਾਨੀ ਮਾਂ ਨੇ ਆਪਣੀ ਭੈਣ ਨੂੰ ਨੀ ਮਤਲਬ ਅੰਦਰ ਵੜਨ ਦਿੱਤਾ ਸੀ, ਉੱਤੇ ਦਰਬਾਰ 'ਚ ਬੈਠੇ ਵੀ ਐਵੇਂ ਤੇਰੀ ਮਤਲਬ ਤੈਨੂੰ ਜ਼ਲੀਲ ਕਰਨਗੇ, ਵੀ ਤੈਨੂੰ ਅੰਦਰ ਨਹੀਂ ਵੜਨ ਦੇਣਗੇ, ਬੇਇੱਜ਼ਤੀ ਕਰਨਗੇ, ਤੇ ਮੈਂ ਹੀ ਤੈਨੂੰ ਆ ਕੇ ਬਾਹਰ ਮਿਲ ਲੈਂਦੀ ਹਾਂ। ਮਤਲਬ ਦਰਬਾਰ ਲੱਗਿਆ, ਉਹ ਇੰਨੀ ਅੱਛੀ ਜਗ੍ਹਾ ਤੇ, ਮੇਰੇ ਮਾਤਾ ਪਿਤਾ ਵੀ ਇੰਨੀ ਅੱਛੀ ਜਗ੍ਹਾ ਤੇ ਗਏ ਨੇ, ਕਿਤੇ ਨਾ ਹੋਵੇ ਮੈਨੂੰ ਅੰਦਰ ਹੀ ਨਾ ਵੜਨ ਦੇ, ਮੈਂ ਤਾਂ ਥੋੜਾ ਜਿਹਾ ਪਾਠ ਕਰਦਾ ਜਾਂ ਭਜਨ ਭੁਜਨ ਗਾਣਾ, ਵੀ ਮੈਂ ਤਾਂ ਉੱਤੇ ਮਾਤਾ ਪਿਤਾ ਕੋਲ ਰਹਿਣਾ ਜਾ ਕੇ, ਵੀ ਬਾਪੂ ਸਰਦਾਰਾਂ ਦੇ ਚਰਨਾਂ 'ਚ ਕਿਤੇ ਨਾ ਵੀ ਮੈਨੂੰ ਵੜਨ ਹੀ ਨਾ ਦੇਣ। ਤੇ ਮਹਾਰਾਜ ਜੀ ਨੇ ਇੰਨੇ ਆਸ਼ੀਰਵਾਦ ਦਿੱਤੇ ਸੀ ਵੀ ਤੂੰ ਸਾਰਾ ਦਿਨ ਮਤਲਬ ਭਜਨ ਗਾਣਾ ਤੇ ਉਹ ਤੇ ਉਹ, ਉਹਨਾਂ ਨੇ ਬਹੁਤ ਕੁਛ ਕਿਹਾ ਸੀ। ਖੈਰ ਬੜਾ ਬੜਾ ਆਸ਼ੀਰਵਾਦ ਮਿਲਿਆ, ਕਹਿੰਦੇ ਉੱਥੇ ਹੀ ਇਕੱਠੇ ਹੋਣੇ ਆਪਾਂ।
ਆਪਾਂ ਉੱਥੇ ਹੀ ਕਹਿੰਦੇ ਸਾਰਿਆਂ ਨੇ ਇਕੱਠੇ ਹੋਣੇ, ਤੇਰੇ ਮਾਤਾ ਪਿਤਾ ਵੀ ਉੱਥੇ ਭਜਨ ਗਾ ਰਹੇ ਨੇ ਬਾਪੂ ਸਰਦਾਰਾਂ ਦੇ ਚਰਨਾਂ 'ਚ, ਕਹਿੰਦੇ ਆਪਾਂ ਸਾਰਿਆਂ ਉੱਥੇ, ਤੂੰ ਵੀ ਉੱਥੇ ਜਾਣ। ਮੈਂ ਵਾਹ, ਤਾਂ ਵੀ ਮਤਲਬ ਸੰਤਾਂ ਨੂੰ ਮਿਲਣ ਦਾ ਹੀ ਫਾਇਦਾ ਹੁੰਦਾ, ਪਤਾ ਨਹੀਂ ਕਦੋਂ ਕਿਹੜੀ ਲੋਰ 'ਚ ਆਉਂਦੇ ਨੇ, ਉਹਦੇ ਨੇੜੇ ਰਹੋ, ਇਹ ਅਸੂਲ ਹੈ। ਇਹ ਤੁਹਾਨੂੰ ਮੈਂ ਇੱਕ ਨੁਕਤਾ ਦੱਸ ਰਿਹਾ ਜੀਵਨ ਦੇ ਵਿੱਚ, ਜਦੋਂ ਸੰਤਾਂ ਦੇ ਨੇੜੇ ਰਹੋ, ਪਤਾ ਹੀ ਨਹੀਂ ਕਿਸ ਵੇਲੇ ਉਹ ਕਿਸ ਮੂਡ 'ਚ ਲੋਰ 'ਚ ਆ ਜਾਂਦੇ ਨੇ, ਫਿਰ ਬਸ ਨਿਹਾਲ ਹੋ ਜਾਂਦੇ ਨੇ ਬਸ। ਕਿ ਨਹੀਂ, ਜਿਵੇਂ ਤੁਸੀਂ ਇੱਕ ਵਾਰੀ ਆਪਣਾ ਯਾਦ ਹੈ ਪਹਿਲੀ ਵਾਰੀ ਤੁਸੀਂ ਬੋਲਿਆ ਸੀ ਉਹ ਓਮ ਨਮੋ ਸ਼ਰਧਾਏ ਵਾਲਾ ਊਸ਼ਾ ਬੂਆ, ਹਾਂਜੀ ਹਾਂਜੀ ਆਪਾਂ ਗਏ ਸੀ ਤੇ ਤੁਸੀਂ ਪਹਿਲੀ ਵਾਰੀ ਗਾ, ਤਾਂ ਕਿੰਨੇ ਖੁਸ਼ ਹੋਏ ਸੀ, ਕਹਿੰਦੇ ਵਾਹ ਵਾਹ, ਉਹਨਾਂ ਨੇ ਮੋਹਰ ਲਾ ਦਿੱਤੀ ਸੀ ਵੀ ਵਾਕਈ ਇੱਥੇ ਬੈਠੇ ਨੇ ਅਖੰਡ ਸਮਾਧੀ ਨਾਲ। ਤੇ ਉਹ ਲੋਰ ਦੇ ਚ ਉਹ ਨਾਲੇ ਤੁਹਾਨੂੰ ਕਿਹਾ ਉਹਨਾਂ ਨੇ, ਤੁਸੀਂ ਹੁਣ ਜੂਨ ਦੇ ਮਹੀਨੇ ਚ ਜਿਹੜਾ ਵੱਡਾ ਯਾਗ ਗਾਣਾ ਉੱਥੋਂ ਹੀ ਗਾਣਾ ਤੁਸੀਂ। ਤੇ ਦੂਸਰੇ ਦਿਨ ਉੱਠ ਕੇ ਮੈਨੂੰ ਕਹਿੰਦੇ ਲੋਰ ਚ ਨੇ ਨਾ, ਦੂਸਰੇ ਦਿਨ ਉੱਠ ਕੇ ਜਦੋਂ ਮੱਥਾ ਟੇਕਣ ਲੱਗੇ ਨਾ ਸਾਰੇ ਪਾਸੇ, ਮੈਂ ਵੀ ਨਾਲ ਨਾਲ ਮਹਾਰਾਜ ਜੀ ਦੇ ਮੱਥਾ ਵੀ ਟੇਕ, ਜਦੋਂ ਰਮਾਇਣ ਜੀ ਨੂੰ ਤੇ ਸੁਖਮਣੀ ਸਾਹਿਬ ਨੂੰ ਮੱਥਾ ਟੇਕ ਕੇ ਨਾ, ਤੇ ਮਹਾਰਾਜ ਕਹਿੰਦੇ ਕਹਿੰਦੇ ਯਾਰ ਮੈਂ ਨਾ ਬੁੱਧ ਵੀ ਮੈਂ ਸੋਚ ਰਿਹਾ ਸੀ ਤੇਰੀ ਭੂਆ ਨੇ ਜਿਹੜਾ ਭਜਨ ਗਾਇਆ ਹੈ ਵੀ ਉਹਦੇ 'ਚ ਲਿਖਿਆ ਹੈ ਵੀ ਬ੍ਰਹਮ ਲੋਕ ਸੇ ਆ ਜਾਤੇ ਹੋ ਤੇਰਾ ਮੇਰਾ ਬੁੱਧ, ਜਬ ਬੁੱਧ ਜਬ ਭਜਨ ਕਹਿੰਦਾ ਵੀ ਸੁਣਾ ਮੇਰਾ ਮੇਰਾ ਭਤੀਜਾ ਹੈ, ਮੇਰਾ ਬੇਟਾ ਹੈ ਤੇ ਮੇਰਾ ਬੁੱਧ ਜਬ ਭਜਨ ਸੁਣਾਏ, ਹਨਾ। ਤੇ ਉਹ ਕਹਿੰਦੇ ਯਾਰ ਤੂੰ ਤਾਂ ਬਾਪੂ ਸ਼ਰਧਾ ਰਾਮ ਦਾ, ਤੂੰ ਇਹ ਬੋਲਿਆ ਕਰ ਤੇਰਾ ਬੁੱਧ ਜਬ ਵੀ ਬਾਪੂ ਸ਼ਰਧਾ ਰਾਮ। ਇਹ ਲੋਰ ਦੀ ਗੱਲ ਹੈ ਨਾ, ਵੀ ਮੈਨੂੰ ਉਹਨਾਂ ਦਾ ਬਣਾ ਦਿੱਤਾ ਤੇ ਨਾਲੇ ਸੋਚਦੇ ਰਹੇ ਇਹਦੇ ਬਾਰੇ ਵੀ ਇਸ ਭਜਨ ਬਾਰੇ। ਹੈ ਬੁਆ ਜੀ ਤੁਹਾਡੀ ਵੀ ਬੜੀ ਕਮਾਲ ਦਾ ਤੁਸੀਂ ਲਿਖਿਆ, ਉਹ ਸੋਚਦੇ ਰਹੇ ਕਹਿੰਦੇ ਵੀ ਮੈਂ ਇਹ ਸੋਚ ਰਿਹਾ ਸੀ ਵੀ ਤੂੰ ਇਸ ਤਰ੍ਹਾਂ ਹੋ। ਤੇ ਇਹ ਉਹਨਾਂ ਦੇ ਨੇੜੇ ਰਹੋਗੇ ਨਾ, ਨੇੜੇ ਰਹਿਣ ਨਾਲ ਹੀ ਇਹ ਚੀਜ਼ਾਂ ਮਿਲਦੀਆਂ ਨਾ, ਤੁਸੀਂ ਭਜਨ ਸੁਣਾਓਗੇ ਜਾਂ ਤੁਹਾਨੂੰ ਵੇਖ ਕੇ ਉਹਨਾਂ ਦੇ ਮਨ ਚ। ਅੱਛਾ ਕਈ ਵਾਰੀ ਹੁੰਦਾ ਭਾਵੇਂ ਨਾ ਵੀ ਦਰਸ਼ਨ, ਨਾ ਵੀ ਕੋਈ ਜ਼ੁਬਾਨ ਦੇ ਉੱਤੇ ਤੁਹਾਨੂੰ ਨਾ ਵੀ ਕੋਈ ਕਰਨ ਨਾ ਆਸ਼ੀਰਵਾਦ ਨਾ ਦੇਣ, ਇਹ ਨਾ ਸੋਚਣਾ ਵੀ ਨਹੀਂ ਮਿਲਿਆ, ਦ੍ਰਿਸ਼ਟੀ ਪਾ ਦਿੱਤੀ ਜਿਵੇਂ ਬਾਪੂ ਸ਼ਰਧਾ ਨੇ ਮੇਰੇ ਤੇ ਪਾ ਦਿੱਤੀ, ਦ੍ਰਿਸ਼ਟੀ ਪਾਉਣ ਨਾਲ ਹੀ ਤੁਹਾਡਾ ਕਲਿਆਣ ਹੋ ਜਾਂਦਾ, ਜਾਂ ਉਹਨਾਂ ਦੇ ਮਨ ਚ ਆ ਗਿਆ ਇਹ ਬੰਦਾ ਠੀਕ ਹੈ, ਜਾ ਕਲਿਆਣ ਹੋਏ ਤੇਰਾ, ਸੰਕਲਪ ਆ ਗਿਆ ਮਨ ਦੇ ਵਿੱਚ, ਇੱਛਾ ਆ ਗਈ, ਉਹ ਕਲਿਆਣ ਹੋ ਜਾਂਦਾ। ਇੰਨੀ ਸ਼ਕਤੀ ਹੈ ਸਾਧੂ ਸੰਤਾਂ ਦੇ, ਐਵੇਂ ਨਹੀਂ ਸਾਰੀ ਬਾਣੀ ਭਰੀ ਪਈ ਸਾਧੂ ਸੰਤਾਂ ਨੇ, ਚਰਨ ਸਾਧ ਕੇ ਤੋਰੇ ਦੋ ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂਲ ਕਰੋ ਇਸਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਜਿਹਾ ਵੱਡ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈ, ਅਨਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ, ਓਟ ਗਹੀ ਸੰਤੈ ਦਰਾਇਆ, ਸਰਬ ਸੁਖ ਨਾਨਕ ਤੈ ਪਾਇਆ। ਅੱਜ ਅਸੀਂ ਸਵੇਰੇ ਸਵੇਰੇ ਜਲਦੀ ਅਸੀਂ ਆ ਗਏ ਸੀ ਸਤਸੰਗ ਸ਼ੁਰੂ ਹੋਣ ਤੋਂ ਪਹਿਲੇ, ਅੱਜ ਇਹੀ ਆਇਆ ਮੇਰਾ 17ਵੀਂ ਅਸ਼ਟਪਦੀ ਅਸੀਂ ਪੜ੍ਹੀ ਹੈ, ਕਿਉਂਕਿ ਇਹ ਪ੍ਰੈਕਟਿਸ ਕਰਦੇ ਹਾਂ ਵੀ ਸੁਖਮਣੀ ਸਾਹਿਬ ਸ਼ੁੱਧ ਪੜ੍ਹਨ ਦੀ ਸਾਰੇ ਜਣੇ ਮਿਲ ਕੇ ਅਸੀਂ, ਤਾਂ ਉਹੀ ਇਹ ਆਇਆ ਸੀ। ਸੋ ਸੰਤਾਂ ਦੀ ਬੜੀ 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 ਮਹਾਨਤਾ ਹੈਗੀ ਹੈ, ਸੰਤਾਂ ਦੇ ਨਾਲ ਰਹਿ ਕੇ ਜਿਵੇਂ ਤੁਹਾਨੂੰ ਤਸੱਲੀ ਹੋ ਗਈ, ਮਾਤਾ ਰਾਮ ਜੀ ਨੇ ਤੁਹਾਨੂੰ ਕਹਿ ਦਿੱਤਾ ਵੀ ਇਹ ਬੜੀ ਵੱਡੀ ਗੱਲ ਹੈ ਜਿਹੜਾ ਪ੍ਰੇਮ ਨਾਲ ਤੁਸੀਂ ਭਜਨ ਗਾਣੇ ਨੇ। ਹੋਰ ਇੱਕ ਗੱਲ ਤੁਹਾਨੂੰ ਦੱਸਾਂ, ਅੱਛਾ ਹਾਂ ਇਹੀ ਥੋੜੇ ਪਿੱਛੇ ਹੋ ਊਸ਼ਾ ਭੂਆ, ਥੋੜੇ ਦਰਸ਼ਨ ਤੁਹਾਡੇ ਅੱਛੀ ਤਰ੍ਹਾਂ ਹੋ ਜਾਣ, ਥੋੜੇ ਫੋਨ ਤੋਂ ਦੂਰ ਹੋ। ਊਸ਼ਾ ਭੂਆ ਦੀ ਬੇਟੀ ਹੈਗੀ ਪ੍ਰੀਤੀ, ਹੈਗੀ ਉਹ ਫਿਲਮਾਂ ਚ ਮਤਲਬ ਡਾਇਰੈਕਟਰ ਹੈ ਲਾਈਕ ਪੂਰੀ ਫਿਲਮ, ਲੇਕਿਨ ਉਹ ਪੂਰਾ ਅਸਰ ਤਾਂ ਮਾਤਾ ਪਿਤਾ ਦੇ ਹੋਣਾ ਹੈ, ਅਸੀਂ ਸਾਡੇ ਬੱਚੇ ਭਾਵੇਂ ਨਿਊਯਾਰਕ ਚ ਹੋਣ ਕਿ ਕੋਈ ਬੋਂਬੇ ਹੋਵੇ ਕਿ ਕਿਤੇ ਹੋਵੇ, ਖਿਆਲ ਤਾਂ ਮਾਤਾ ਪਿਤਾ ਜੈਸੇ ਹੀ ਹੋਣੇ ਨਾ। ਤੇ ਉਹਨੇ ਦੱਸਿਆ ਸੀ ਇੱਕ ਦੋਹਾ ਪੜ੍ਹ ਕੇ ਦੱਸਿਆ ਸੰਸਕ੍ਰਿਤ ਦੇ ਵਿੱਚ ਪ੍ਰੀਤੀ ਨੇ, ਭੂਆ ਜੀ ਉਹਨੇ ਕਿਹਾ ਸੀ ਕ੍ਰਿਸ਼ਨ ਭਗਵਾਨ, ਉਹਦਾ ਮਤਲਬ ਇਹ ਸੀ ਕਿ ਕ੍ਰਿਸ਼ਨ ਭਗਵਾਨ ਕਹਿੰਦੇ ਨੇ ਵੀ ਜਿਹੜਾ ਮੇਰੇ ਆਵਾਜ਼ ਬੰਦ ਹੋ ਪ੍ਰੇਮ ਗਈ, ਦੇ ਵਿੱਚ ਹੈ। ਤੇਰੀ ਆਵਾਜ਼ ਬੰਦ ਹੋ ਗਈ।
ਅੱਛਾ, ਮੈਨੂੰ ਸਾਰਿਆਂ ਨੂੰ ਬੰਦ ਹੋ ਗਈ ਜੇ ਊਸ਼ਾ ਭੂਆ ਨੂੰ ਨਹੀਂ ਆ। ਹਾਂ ਹੁਣ ਆ ਗਏ। ਮੈਂ ਅਰੇ ਭੂਆ ਜੀ, ਉਹਨੇ ਕਿਹਾ ਵੀ ਜਿਹੜਾ ਮੇਰੇ ਪ੍ਰੇਮ ਚ, ਕ੍ਰਿਸ਼ਨ ਭਗਵਾਨ ਆਪ ਕਹਿ ਰਹੇ ਨੇ, ਜਿਹੜਾ ਮੇਰੇ ਪ੍ਰੇਮ ਦੇ ਵਿੱਚ ਗਾਉਂਦਾ ਗਾਉਂਦਾ ਜਾਂ ਨੱਚਦਾ ਨੱਚਦਾ ਬੇਸੁਰਤ ਹੋ ਜਾਂਦਾ, ਉਹਨੂੰ ਸਮਝ ਲੱਗਦੀ ਵੀ ਕਿੱਥੇ ਮੈਂ ਖੜਾ ਆਇਆ ਵਾ ਸ਼ਹਿਰ ਦੇ ਵਿੱਚ। ਕਈ ਵਾਰ ਹੁਣ ਤੁਸੀਂ ਦੇਖਦੇ ਹੋ ਇਹ ਜਿਹੜੇ ਇਸਕੋਨ ਵਾਲੇ ਨੇ, ਜਿਹੜੇ ਮਤਲਬ ਬਾਜ਼ਾਰਾਂ ਦੇ ਵਿੱਚ, ਸੜਕਾਂ 'ਚ, ਹਾਈਵੇ ਦੇ ਉੱਤੇ, ਹਰੇ ਕ੍ਰਿਸ਼ਨਾ 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 ਹਰੇ ਹਰੇ, ਹਰੇ ਰਾਮਾ ਰਾਮਾ ਹਾਂ ਰਾਮਾ ਹਰ, ਨੱਚਦੇ ਫਿਰਦੇ ਨੇ ਗਲੀਆਂ ਨਾਲ, ਲੋਕਾਂ ਨੂੰ ਨਚਾਉਂਦੇ ਫਿਰਦੇ। ਕਦੇ ਵੀਡੀਓ ਦੇਖਿਆ ਕਰੋ ਹਰੇ ਕ੍ਰਿਸ਼ਨਾ ਦੀ, ਇਹਦੀ ਮਹਾਮੰਤਰ ਦੀ ਵੀਡੀਓਜ਼ ਬਹੁਤ ਹੈਗੀਆਂ ਨੇ। ਗੋਰੇ ਮਤਲਬ ਇੰਨੇ ਮਸਤ ਹੋ ਕੇ ਨੱਚਦੇ ਨੇ ਨਾ, ਨਾਲੇ ਸਵੇਰੇ ਸਵੇਰੇ ਇਸਕੋਨ ਦੇ ਮੰਦਿਰਾਂ 'ਚ ਜੋ ਜਿਹੜੀ ਆਰਤੀ ਹੁੰਦੀ ਨਾ, ਮੰਗਲਾ ਆਰਤੀ 4 ਵਜੇ ਸਵੇਰੇ, ਉੱਥੇ ਜਿਹੜੇ ਛੋਟੇ ਛੋਟੇ ਬੱਚੇ ਤੇ ਉਹਦੇ ਮਾਤਾਵਾਂ ਭੈਣਾਂ ਤੇ ਨਾਲ ਉਹ ਸਾਰੇ ਜਿਹੜੇ ਹੈਗੇ ਨੇ ਭਗਤ, ਉਸ ਨੱਚਦੇ ਨੇ ਨਾ ਜਿਹੜੇ, ਮੈਂ ਕਹਿੰਦਾ ਇਹਨਾਂ ਨੇ ਰੱਬ ਨੂੰ ਪਾ ਲਿਆ ਹੋਣਾ। ਉਹ ਤਾਂ ਕਹਿੰਦੇ ਨੇ, ਉਹ ਕੀ ਕਹਿੰਦੇ ਨੇ, ਕ੍ਰਿਸ਼ਨ ਭਗਵਾਨ ਵੀ ਜਿਹਨੇ ਮੇਰਾ ਪ੍ਰੇਮ ਦੇ ਨਾਲ ਭਜਨ ਗਾ ਕੇ ਜਾਂ ਨੱਚਦੇ ਨੱਚਦੇ ਜਿਹੜੇ ਬਿਸੁਰਤ ਹੋ ਗਏ ਨਾ, ਜਿਹਨਾਂ ਸੁੱਧ ਬੁੱਧ ਨਹੀਂ ਰਹੀ ਵੀ ਅਸੀਂ ਕਿੱਥੇ ਖੜੇ ਹਾਂ ਤੇ ਕਿਵੇਂ ਨੱਚ ਰਹੇ ਹਾਂ ਤੇ ਕਿਵੇਂ ਗਾ ਰਹੇ ਹਾਂ, ਲੋਕਾਂ ਦੀ ਕੋਈ ਪ੍ਰਵਾਹ ਨਹੀਂ, ਉਹਨਾਂ ਦਾ ਮੈਂ ਖਰੀਦਿਆ ਹੋਇਆ ਦਾਸ ਹਾਂ, ਖਰੀਦਿਆ ਦਾਸ ਹਾਂ। ਕਦੇ ਪ੍ਰਭੂ ਕਹਿ ਰਹੇ ਨੇ ਇਹ ਤੁਸੀਂ ਪ੍ਰੇਮ ਹੈ, ਲੇਕਿਨ ਪ੍ਰੇਮ ਨਾਲ ਗਾਣਾ ਪਏਗਾ। ਹੁਣ ਮੇਰੇ ਤਰ੍ਹਾਂ ਸਿਰਫ ਗਲੇ ਤੋਂ ਨਹੀਂ ਗਾਣਾ ਪਏਗਾ, ਗਾਣਾ ਪਏਗਾ ਤੇ ਦਿਲ ਤੋਂ, ਆਤਮਾ ਤੋਂ। ਜਿਸ ਵੇਲੇ ਗਾਓਗੇ ਆਨੰਦ ਚ ਗਾਓਗੇ, ਖੂਬ ਆਨੰਦ ਲੈ ਕੇ, ਤੇ ਫਿਰ ਪ੍ਰਭੂ ਵੀ ਬੜਾ ਸੁਣਨਗੇ ਤੁਹਾਡੀ ਅਰਦਾਸ, ਪੁਕਾਰ ਸੁਣਨਗੇ। ਸੋ ਮਹਾਰਾਜ ਸਾਰਿਆਂ ਨੂੰ ਇਸ ਤੋਂ ਦਿਲ ਤੋਂ, ਆਤਮਾ ਤੋਂ ਗਵਾਏ, ਆਤਮਾ ਤੋਂ ਨ੍ਰਿਤਿਆ ਕਰਾਏ ਤੇ ਮੌਜਾਂ ਲੁੱਟੋ ਬਈ। ਬਹੁਤ ਓਮ ਬਾਪੂ ਸ਼ਰਦਾ ਰਾਮ ਜੀ ਮਹਾਰਾਜ ਆਪਕੀ, ਸਦਾ ਜੈ ਬਾਂਕੇ ਬਿਹਾਰੀ ਲਾਲ ਕੀ, ਜੈ ਰਾਧਾ ਰਾਣੀ ਸਤਿ ਸ਼੍ਰੀ ਅਕਾਲ। ਕੀ, ਜੈ।